कौन दस के गया भाई ना की होता ना ਨੇਵਨ ਉਹਨਾਂ ਦੇ ਫਾਦਰ ਸਾਹਿਬ ਭੜਕ ਰਹੇ ਨੇ ਕਦੀ ਕਿੱਧਰ ਜਾ ਰਹੇ ਕਦੀ ਕਿੱਧਰ ਜਾ ਰਹੇ ਉਹਨਾਂ ਕੁਛ ਨਹੀਂ ਇਨਸਾਫ ਨਾ ਮਿਲਣ ਦੇ ਕਾਰਨ ਜਿਹੜੀ ਕਾਰ ਖਾਂ ਮਾਰ ਦੇ ਵਿਛੜ ਦਿੱਤੀ ਹੈਗੀ ਆ ਭਾਈ ਆਪਣੇ ਜੀ ਆ ਉਹ ਭਾਵੇਂ ਅੱਗ ਲਾਣ ਭਾਈ ਜੋ ਮਰਜ਼ੀ ਕਰਨ ਉਹਨਾਂ ਨੇ ਆਪਣੇ ਵੱਲੋਂ ਦੱਸੀ ਦੇ ਹੱਸਦੇ ਉਹਨਾਂ ਨੇ ਇੱਕ ਪਹਿਲ ਸ਼ੁਰੂ ਕੀਤੀ ਹੈ ਸਿਰਫ ਪਹਿਲ ਸ਼ੁਰੂ ਕੀਤੀ ਹੈ ਤੇ ਹੁਣ ਗੱਡੀ ਫੇ ਕੱਢੀ ਕਿਉਂ ਜੀ ਉਹਨਾਂ ਨੂੰ ਬਾਕੀ ਸਾਰਾ ਉਹਨਾਂ ਨੂੰ ਪਤਾ ਹੈ ਸਾਡੇ ਨੂੰ ਚੀਜ਼ ਦਾ ਪਤਾ ਉਹਨਾਂ ਦਾ ਨਾਮ ਕੀ ਹੈ ਜਿਨ੍ਹਾਂ ਨੇ ਨਾਮ ਕੀ ਹੈ ਉਹਨਾਂ ਦਾ ਉਹਨਾਂ ਦਾ ਨਾਮ ਐਡਵੋਕੇਟ ਹਰਪ੍ਰੀਤ ਸਿੰਘ ਆ ਉਹ ਆਪ ਚਲੇ ਗਏ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਨੇ ਉਹ ਹੁਣੇ ਆਏ ਨੇ ਬੁਰਿਆ ਰਹਿੰਦੇ ਕਿੱਥੇ ਆ ਮੈਂ ਕਿਹਾ ਕਿੱਥੋਂ ਦੇ ਰਹਿਣ ਵਾਲੇ ਨੇ ਖੜੜ ਤੇ ਰਹਿਣ ਵਾਲੇ ਆ ਜੀ ਜਲੰਧਰ ਵੀ ਰਹਿੰਦੇ ਖੜੜ ਵੀ ਰਹਿੰਦੇ ਕਾਹਦਾ ਕੰਮ ਕਰਾ ਉਹਨਾਂ ਦਾ ਐਡਵੋਕੇਟ ਆ ਐਡਵੋਕੇਟ ਇਹ ਅੱਜ ਇੱਕ ਗੱਡੀ ਥਾਰ ਗੱਡੀ ਇਹ ਆਪਣੇ ਨਹਿਰ ਵਿੱਚ ਗੱਡੀ ਸੀਗੀ ਜਿਹੜਾ ਅਸੀਂ ਮੌਕੇ ਤੇ ਆਏ ਆ ਮੌਕੇ ਤੇ ਆ ਕੇ ਉਹਨੂੰ ਬਾਹਰ ਕੱਢ ਲਿਆ ਜੀਸੀਬੀ ਦੀ ਮਦਦ ਨਾਲ ਤੇ ਇਹ ਮੈਨੂੰ ਲੱਗਦਾ ਸ਼ਾਇਦ ਅਜੇ ਕਲੀਅਰ ਨਹੀਂ ਹੈਗਾ ਮੈਨੂੰ ਕਿਸੇ ਹਰਪ੍ਰੀਤ ਸਿੰਘ ਦੀ ਹੈ ਕਿਉਂ ਸੱਟੀ ਗਈ ਕਾਰ ਇਹ ਤਾਂ ਸਰ ਅਜੇ ਵੈਰੀਫਾਈ ਕਰਕੇ ਪਤਾ ਲੱਗੂਗਾ ਹਜੇ ਹਾਲ ਦੀ ਕੜੀ ਸਿਰਫ ਤੁਹਾਨੂੰ ਥਾਰ ਦਾ ਪਤਾ ਲੱਗਿਆ ਕਾਰ ਕੱਢ ਲਈ ਬਾਹਰ ਅਸੀਂ ਕਰ ਥਾਣੇ ਲੈ ਜਾਵਾਂਗੇ ਬਣਦੀ ਕਾਰਵਾਈ ਕਰਾਂਗੇ ਜਾਂ ਜੇ ਉਹ ਤੋਂ ਪੈਸੇ ਗਿਰ ਗਈ ਆ ਵੈਰੀਫਾਈ ਕਰਾਂਗੇ ਜੀ